ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੱਲ ਪਰਿਵਾਰਵਾਦ ਦੀ ਸਿਆਸਤ ਨੂੰ ਲੈ ਕੇ ਮੋਦੀ ਸਰਕਾਰ ਨੂੰ ਫਿਰ ਨਿਸ਼ਾਨੇ ਤੇ ਲਿਆ ਤੇ ਐਨਡੀਏ ਮੰਤਰਾਲੇ ਨੂੰ ਪਰਿਵਾਰ ਮੰਡਲ ਕਰਾਰ ਦਿੱਤਾ ਰਾਹੁਲ ਨੇ ਮੋਦੀ 3.0 ਸਰਕਾਰ ਦੇ ਕਈ ਮੰਤਰੀ ਜਿਹੜੇ ਸਿਆਸੀ ਪਰਿਵਾਰਾਂ ਤੋਂ ਆਉਂਦੇ ਨੇ ਉਹਨਾਂ ਤੇ ਨਿਸ਼ਾਨੇ ਸਿੱਧੇ ਐਕਸ ਤੇ ਪਾਈ ਪੋਸਟ ਦੇ ਵਿੱਚ ਰਾਹੁਲ ਨੇ ਕਿਹਾ ਕਿ ਪੀੜ੍ਹੀਆਂ ਦੇ ਸੰਘਰਸ਼ ਸੇਵਾ ਤੇ ਬਲਦਾਨ ਦੀ ਰਵਾਇਤ ਨੂੰ ਪਰਿਵਾਰਵਾਦ ਕਹਿਣ ਵਾਲੇ ਆਪਣੇ ਸਰਕਾਰੀ ਪਰਿਵਾਰ ਨੂੰ ਸੱਤਾ ਦੀ ਵਸੀਅਤ ਵੰਡ ਰਹੇ ਨੇ ਕਹਿੰਦੇ ਕਥਨੀ ਤੇ ਕਰਨੀ ਦੇ ਇਸੇ ਫਰਕ ਨੂੰ ਹੀ ਤਾਂ ਨਰਿੰਦਰ ਮੋਦੀ ਕਹਿੰਦੇ ਨੇ ਜਿਹੜੇ ਮੰਤਰੀਆਂ ਦੇ ਨਾਂ ਰਾਹੁਲ ਨੇ ਆਪਣੀ ਪੋਸਟ ਵਿੱਚ ਸਾਂਝੇ ਕੀਤੇ ਨੇ ਉਹਨਾਂ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੋੜਾ ਦੇ ਪੁੱਤਰ ਐਚ.ਡੀ. ਕੁਮਾਰ ਸਵਾਮੀ ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧિયા ਦੇ ਪੁੱਤਰ ਜਯੋਤਿਰਾ ਦਿੱਤਿਆ ਸਿੰਧਿਆ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਜੈਨਤ ਚੌਧਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੁੱਤ ਰਵਨੀਤ ਸਿੰਘ ਬਿੱਟੂ ਅਰਨਾਚਲ ਪ੍ਰਦੇਸ਼ ਦੇ ਪਹਿਲੇ ਪ੍ਰੋ ਟੈਂਪ ਸਪੀਕਰ ਰਿੰਚਨ ਖਾਰੂ ਦੇ ਪੁੱਤ ਕਿਰਨ ਰਜੀਜੂ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਦੀ ਨੂੰ ਰਕਸ਼ਾ ਖੜਸੇ ਨੂੰ ਐਨਡੀਏ ਦੇ ਪਰਿਵਾਰ ਮੰਡਲ ਦਾ ਹਿੱਸਾ ਦੱਸਿਆ ਇਸੇ ਸੂਚੀ ਵਿੱਚ ਉਹਨਾਂ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਸਾਬਕਾ ਕੇਂਦਰੀ ਮੰਤਰੀ ਤੈਰਨ ਨਾਇਡੂ ਨਾਇਡੂ ਦੇ ਪੁੱਤਰ ਰਾਮੋ ਨਾਇਡੂ ਤੇ ਸਾਬਕਾ ਸੰਸਦ ਮੈਂਬਰ ਜਤਿੰਦਰ ਪ੍ਰਸਾਦ ਦੇ ਪੁੱਤ ਜਤਨ ਪ੍ਰਸਾਦ ਦਾ ਨਾਮ ਵੀ ਲਿਆ ਉਧਰ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਕੱਲ ਰਾਇ ਬਰੇਲੀ ਪਹੁੰਚੇ ਦੋਵੇਂ ਜਣੇ ਇੱਥੇ ਧਨਵਾਦੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਸਨ ਇਸ ਮੌਕੇ ਰਾਹੁਲ ਨੇ ਦਾਵਾ ਕੀਤਾ ਕਿ ਜੇ ਉਹਨਾਂ ਦੀ ਭੈਣ ਪ੍ਰਿਆੰਕਾ ਗਾਂਧੀ ਵਾਡਰਾ ਵਾਰਾਨਸੀ ਤੋਂ ਲੋਕ ਸਭਾ ਚੋਣ ਲੜਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜਾਂ 3 ਲੱਖ ਵੋਟਾਂ ਦੇ ਫਰਕ ਨਾਲ ਹਾਰਦੇ ਸਿਰਫ ਆਯੋਧਿਆ ਵਿੱਚ ਨਹੀਂ ਵਾਰਾਨਸੀ ਵਿੱਚ ਜਾਨ ਬਚਾ ਕੇ ਨਿਕਲੇ ਹਨ ਪ੍ਰਧਾਨ ਮੰਤਰੀ ਔਰ ਮੈਂ ਆਪਕੋ ਕਹਤਾ ਹੂੰ और बहन से कह रहा हूं अगर ये लड़ जाती वाराणसी में अगर ये लड़ गई होती तो आज हिंदुस्तान के प्रधानमंत्री दो तीन लाख वोटों से वाराणसी का चुनाव हार जाते उधर शिवसेना उद्धव बाला ठाकरे के लीडर संजय राउत ने फिर दावा किया है कि केंद्रीय वजारत वि मंत्रालय की वंड तो बाद बीजेपी के सहयोगी नीतीश कुमार से एन चंद्रबाबू नायडू असंतुष्ट ने ਸੰਜੇ ਰਾਉਤ ਨੇ ਮੁੰਬਈ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਨਸੀਪੀ ਮੁਖੀ ਸ਼ਰਦ ਪਵਾਰ ਲਈ ਵਰਤੇ ਸ਼ਬਦ ਭਟਕਦੀ ਆਤਮਾ ਦਾ ਜ਼ਿਕਰ ਕਰਦਿਆਂ ਕਿ ਹਾਂ ਕਿ ਇਹ ਭਟਕਦੀ ਬੇਚੈਨ ਆਤਮਾ ਉਦੋਂ ਤੱਕ ਚੈਨਲ ਨਹੀਂ ਬੈਠੇਗੀ ਜਦੋਂ ਤੱਕ ਕੇਂਦਰ ਤੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਲੰਬੇ ਨਹੀਂ ਕਰ ਦਿੰਦੀ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਵੀ ਕਿਹਾ ਕਿ ਟੀਡੀਪੀ ਤੇ ਜੀਡੀਯੂ ਦੇ ਲੀਡਰ ਲੋਕ ਸਭਾ ਦੇ ਵਿੱਚ ਆਪਣਾ ਸਪੀਕਰ ਬਣਾਉਣਾ ਯਕੀਨੀ ਬਣਾਉਣ ਕਿਉਂਕਿ ਇਹ ਉਹਨਾਂ ਦੇ ਹਿੱਤਾਂ ਦੇ ਨਾਲ-ਨਾਲ ਸੰਵਿਧਾਨ ਤੇ ਲੋਕਤੰਤਰ ਦੇ ਹਿੱਤ ਵਿੱਚ ਵੀ ਹੋਵੇਗਾ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਵੇਂ ਪਾਰਟੀਆਂ ਨੂੰ ਇਹ ਸਲਾਹ ਦਿੱਤੀ। ਸੰਜੇ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਵਿਭਾਗਾਂ ਦੀ ਵੰਡ ਵਿੱਚ ਭਾਜਪਾ ਨੇ ਆਪਣੇ ਐਨਡੀਏ ਸਹਿਯੋਗੀਆਂ ਨੂੰ ਘੱਟ ਮਹੱਤਵਪੂਰਨ ਮੰਤਰਾਲੇ ਦਿੱਤੇ ਨੇ ਜਦਕਿ ਸਾਰੇ ਅਹਿਮ ਮੰਤਰਾਲੇ ਆਪਣੇ ਕੋਲ ਰੱਖ ਲੈਨੇ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਾਂਝਾ ਸਿਵਲ ਕੋਡ ਲਾਗੂ ਕਰਨਾ ਸਰਕਾਰ ਦੇ ਏਜੰਡੇ ਵਿੱਚ ਸ਼ਾਮਲ ਸੀ ਮੈਮੋਰੰਡਮ ਆਫ ਪ੍ਰोसीजर ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਤਰੱਕੀ ਦੇ ਇਤਵਾਦ ਦੇ ਨਾਲ ਸੰਬੰਧਿਤ ਦਸਤਾਵੇਜ਼ਾਂ ਨਾਲ ਜੁੜੇ ਮੁੱਦੇ ਦਾ ਹੱਲ ਲੱਭਿਆ ਜਾਵੇਗਾ ਉਹਨਾਂ ਨੇ ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਕਰਾਅ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਆਉਦਾ ਸਾਹਮਣੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਨੇ ਇਹ ਬਿਆਨ ਦਿੱਤਾ ਕੇਂਦਰੀ ਗ੍ਰਹਿ ਮੰਤਰੀ ਵਜੋਂ ਇੱਕ ਵਾਰ ਫਿਰ ਆਉਦਾ ਸਾਹਮਣੇ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦ ਵਿਦਰੋਹ